ਕੁਲੜ ਪੀਜ਼ਾ ਵਾਲੇ ਸਹਿਜ ਅਰੋੜਾ ਨਾਲ ਵਿਵਾਦ ਦੇ ਮਾਮਲੇ ਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੀ ਪੁਲਿਸ ਦੇ ਨਾਲ ਮੀਟਿੰਗ ਹੋਈ ਜਿਸ ਦੇ ਵਿੱਚ ਮੌਕੇ ਤੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਪਰ ਕੁਲੜ ਪੀਜ਼ਾ ਕਪਲ ਹੈ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਦਾ ਤੇ ਪੁਲਿਸ ਨੇ ਨਿਹੰਗ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਨਾਂ ਧਿਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਤੁਹਾਨੂੰ ਉਹਨਾਂ ਦੀ ਦੁਕਾਨ ਤੇ ਜਾਣ ਦੀ ਵੀ ਜ਼ਰੂਰਤ ਨਹੀਂ ਹੈ ਤਾਂ ਅਸੀਂ ਇਸ ਮਸਲੇ ਤੇ जांच कर रहे हैं ते बनती कार्रवाई है उहो कीती जावेगी। दस दिए कि पिछले ही दिनी निहंग सिंघा दे वल्लों कुल्लड़ पिज़्ज़ा वाले सहज अरोड़ा दीआं वीडियोज़ ते इतराज़ जताया गया सी ते उसनू कहा गया कि जेकर उहो अजिहियां वीडियोज़ बनाउंदा है तां उहो पग उतार के बनाया करे क्योंकि इस दे नाल सिक्खी बदनाम हुंदी है। जिस तों बाद कुल्लड़ पिज़्ज़ा कपल भी कैमरे अगे आया ते उहनां दे वल्लों भी अपना पक्ष रख्या गया तां इसनू लैके अज पुलिस दे नाल एक मीटिंग रखी गई सी जिस दे विच पुलिस ने निहंग जथेबंदी दे नाल गलबात कीती ते हुण कुल्लड़ पिज़्ज़ा वालियां दे नाल गलबात करके जो भी बनती कार्रवाई है उहो कीती जावेगी। ਆਪਾਂ ਵੇਖੋ ਜੀ ਸਾਡਾ ਹੁਣ ਦਾ ਮਕਸਦ ਇਹ ਵੀ ਪੰਜਾਬ 'ਚੋਂ ਲੱਤੜਤਾ ਮੁੱਕੇ ਗੰਦ ਜਿਹੜਾ ਉਹਨੂੰ ਮੁਕਾਇਆ ਜਾ ਸਕੇ ਅਤੇ ਸਫਾਈ ਉਹਦੀ ਆਰੰਭ ਹੋ ਗਈ ਆ। ਸੋ ਜਿੱਦਾਂ ਸਿਆਣਿਆਂ ਦੀ ਇੱਕ ਕਹਾਵਤ ਆ ਵੀ ਤੁਰੋ ਸਹੀ ਰਾਹ ਪਰਮਾਤਮਾ ਆਪ ਬਣਾ ਕੇ ਦਿੰਦਾ। ਗਾੜੀ ਅਫਸਰ ਵੀ ਬੜੀ ਚੜ੍ਹਦੀ ਕਲਾ ਵਾਲੇ ਸਾਨੂੰ ਮਿਲੇ ਆ, ਉਹਨਾਂ ਵੱਲੋਂ ਸਾਨੂੰ ਪੂਰਾ ਭਰੋਸਾ ਦਵਾਇਆ ਗਿਆ ਵਾ ਵੀ ਤੁਹਾਨੂੰ ਨਾ ਤਾਂ ਉਹਨਾਂ ਦੇ ਬੂਹੇ ਗਾੜੀ ਜਾਣ ਦੀ ਲੋੜ ਪਊਗੀ ਅਤੇ ਨਾ ਕੁਲੜ ਪੀਜੇ ਤੱਕ ਜਾਣ ਦੀ ਲੋੜ ਪਊਗੀ। ਵੈਸੇ ਵੀ ਅਸੀਂ ਅਤੇ ਉਹਨੂੰ ਪਹਿਲਾਂ ਵੀ ਸਮਝਾਉਣ ਵਾਸਤੇ ਗਏ, ਅਸੀਂ ਦੂਜੀ ਵਾਰ ਤੁਹਾਨੂੰ ਜਾਣ ਦਾ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਉਂਕਿ ਜਦੋਂ ਗੱਲ ਹੀ ਪ੍ਰਸ਼ਾਸਨ 'ਚ ਆ ਗਈ ਅਤੇ ਜਦੋਂ ਉੱਚ ਅਧਿਕਾਰੀ ਜਿਹੜੇ ਆ ਉਹ ਫੈਸਲਾ ਲੈ ਰਹੇ ਹੁਣ ਵਧੀਆ ਅਤੇ ਫਿਰ ਵਿੱਚ ਐਵੇਂ ਕਿੰਤੂ ਪਰੰਤੂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਨਾ। ਸਾਡਾ ਇੱਥੇ ਮਕਸਦ ਇਹ ਸੀ ਵੀ ਸਾਰਿਆਂ ਨੂੰ ਸਪਸ਼ਟ ਕਰਨਾ ਵੀ ਜੋ ਕੁਝ ਵੀ ਅਸੀਂ ਫੈਸਲਾ ਕਰ ਰਹੇ ਹਾਂ ਜਾਂ ਆਉਣ ਵਾਲੇ ਸਮੇਂ 'ਚ ਹੋਣਾ ਵਾ ਉਹ ਮੀਡੀਆ ਤਾਰਾ ਖਰੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬੰਦ ਕਮਰੇ 'ਚ ਬਹਿ ਕੇ ਅਗਲਾ ਕੀ ਕਰ ਗਿਆ ਕੀ ਨਹੀਂ ਕਰ ਗਿਆ, ਮੁੜ ਕੇ ਮੱਥੇ 'ਤੇ ਸਾਡੇ ਕਲੰਕ ਲੱਗੇ ਕੁਝ ਚੰਦ ਬੰਦਿਆਂ ਦੀ ਗਲਤੀ ਕਾਰਨ ਸਾਰੇ ਪੰਥ ਨੂੰ ਜਿਹੜਾ ਉਹ ਦਾਗ ਲੱਗਦਾ ਫਿਰ ਅਸੀਂ ਬੇਦਾਗ ਰਹੇ ਹਾਂ ਅਤੇ ਬੇਦਾਗ ਰਹਿਣਾ। ਠੀਕ ਹੈ ਜੀ, ਬਾਕੀ ਜਿਹੜਾ ਅਧਿਕਾਰੀਆਂ ਨੇ ਇਸ ਗੱਲ ਦਾ ਸਾਨੂੰ ਪੂਰਾ ਭਰੋਸਾ ਦਵਾਇਆ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਪੂਰੀਆਂ ਕੀਤੀਆਂ ਜਾਣਗੀਆਂ। ਆ ਜਾ ਬਾਬਾ ਸ਼ੇਰ ਸਿੰਘ ਜੀ, ਇਹ ਚਮਕੌਰ ਸਾਹਿਬ ਤੋਂ ਬਾਬਾ ਕੁਲਵਿੰਦਰ ਸਿੰਘ ਜੀ 56 ਜਥੇਬੰਦੀਆਂ ਜਿਨ੍ਹਾਂ ਨੂੰ ਇੱਕ ਆਵਾਜ਼ ਦੇ ਉੱਤੇ ਆਪਾਂ ਇਕੱਤਰ ਕਰ ਸਕਦੇ, ਲੇਕਿਨ ਨਹੀਂ ਇਹਨਾਂ ਨੂੰ ਵਿੱਚ ਲਿਆਓ ਮੜਾ ਆ ਜਾਓ, ਇਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਹੋ ਜਾਈਏ। ਇਹਨਾਂ ਨੂੰ ਮਤਲਬ ਕਿ ਇੱਥੇ ਬਾਬਾ ਜੀ ਹੁਣਾਂ ਨੇ ਭੇਜਿਆ ਕਿਉਂਕਿ ਕਈਆਂ ਦੇ ਮਨ 'ਚ ਇਹ ਭੁਲੇਖਾ ਸੀ ਵੀ ਸ਼ਾਇਦ ਮਾਨ ਸਿੰਘ ਕਾਲੀ ਕੱਲਾ, ਲੇਕਿਨ ਮੇਰੀ ਆਪਣੀ ਇਹ ਆਵਾਜ਼ ਸੀ ਵੀ ਕੋਈ ਵੀ ਭੈਣ ਭਰਾ ਇਹੋ ਲੁੜਬਾਜ਼ੀ ਨਾ ਕਰੇ, ਕਿਸੇ ਦਾ ਕੋਈ ਨੁਕਸਾਨ ਕਰਨ ਵਾਸਤੇ ਨਾ ਆਵੇ ਕਿਉਂਕਿ ਗੱਲ ਪ੍ਰਸ਼ਾਸਨ ਦੇ ਵਿੱਚ ਆ ਚੁੱਕੀ ਹੈ ਅਤੇ ਸਾਰੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਬਾਈ ਅਜੇ ਕਿਸੇ ਨੇ ਨਹੀਂ ਆਉਣਾ ਕਿਉਂਕਿ ਆਉਣ ਦੀ ਗੱਲ ਤਾਂ ਹੋਵੇ ਵੀ ਜਾਂ ਬੜਾ ਵੱਡਾ ਮੁੱਦਾ ਵਾ ਵੀ ਅਗਲਾ ਬੰਦਾ ਸਾਡੇ ਦੁਆਲੇ ਕੋਈ ਡਾਂਗਾ ਚੁੱਕੀ ਫੈਂਡਿਆ ਹੈ ਨਾ ਵੀ ਜਾਂ ਅਸੀਂ ਅਗਲੇ ਦਾ ਰਾਹ ਰੋਕਣਾ, ਫਿਰ ਹੁੰਦੀਆਂ ਗੱਲਾਂ ਜਦੋਂ ਅਗਲਾ ਬੰਦਾ ਨਾ ਕੋਈ ਸਾਡੇ ਘਰ ਖੜਨ ਵਾਲਾ ਨਾ ਉਹ ਗੱਲ ਨਹੀਂ ਬਾਤ ਨਹੀਂ, ਅਸੀਂ ਐਵੇਂ ਇੱਥੇ ਇਕੱਠੇ ਕਰੀ ਜਾਣੇ ਹਾਂ ਅਤੇ ਸੋ ਮਤਲਬ ਸਾਨੂੰ ਮਤਲਬ CP ਸਾਹਿਬ ਵੱਲੋਂ ਸਾਨੂੰ ਫੋਨ ਗਏ ਸੀ ਅਤੇ ਅਸੀਂ ਉਹ ਗੱਲਬਾਤ ਕਰਨ ਵਾਸਤੇ ਇੱਥੇ ਆਏ ਹਾਂ। ਉਹਨਾਂ ਨੇ ਧਰਵਾਸਾ ਪੂਰਾ ਦਵਾਇਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਵਾ ਉਹ ਰੱਖੀਆਂ ਜਾਣ। ਵੇਖੋ ਜੀ ਹੁਣ ਇਸ ਟਾਈਮ ਕੰਗਣਾ ਦੀ ਫਿਰ ਆਪਾਂ ਨਾ ਸ਼ੁਰੂ ਕਰੀਏ ਉਹਨੂੰ ਚੁੱਲ੍ਹੇ 'ਚ ਬਹਿਣ ਤੋਂ ਜਿੱਥੇ ਪਈ ਹੈ। ਠੀਕ ਹੈ ਜੀ, ਇੱਥੇ ਜਿੰਨੇ ਵੀ ਆਏ ਨਾ ਅੱਜ ਤੱਕ ਉਹਨਾਂ ਨੇ ਆਪੋ ਆਪਣੇ ਰੰਗ ਵਿਖਾਈ ਆ, ਇਸ ਦੇਸ਼ ਨੂੰ ਨਾ ਲੁੱਟਿਆ ਵੀ ਆ ਅਤੇ ਖਾਧਾ ਪੀਤਾ ਵੀ ਉਹਨਾਂ ਨੇ ਅਤੇ ਪਰ ਬਦਨਾਮੀ ਵੀ ਸਭ ਤੋਂ ਵੱਧ ਸਾਡੀ ਕੀਤੀ ਆ। ਤੁਹਾਨੂੰ ਵੀ ਇਹ ਗੱਲ ਦਾ ਪਤਾ ਵੀ ਜਿਹੜੇ ਬਾਹਰੋਂ ਆ ਕੇ ਇਸ ਦੇਸ਼ ਦੇ ਵਿੱਚ ਵਸੇ ਆ ਨਾ ਜਿਹਨੂੰ ਆਪਾਂ ਭਾਰਤ ਖੰਡ ਕਹਿੰਦੇ ਹਾਂ, ਇਹਦਾ ਭਲਾ ਕਿਸੇ ਨੇ ਨਹੀਂ ਮੰਗਿਆ। ਜਦੋਂ ਇਹਨੂੰ ਉੱਜੜਦਾ ਵੇਖਦੇ ਆ ਉਦੋਂ ਇੱਥੋਂ ਬਾਹਰ ਨੂੰ ਭੱਜ ਉੱਠਦੇ ਆ ਅਤੇ ਜਦੋਂ ਇਹਨੂੰ ਹਰਿਆਲੀ 'ਚ ਵੇਖਦੇ ਆ ਸੁੱਖੀ ਸੁੱਖੀ ਵੱਸਦਾ ਵੇਖਦੇ ਆ ਉਦੋਂ ਪੰਜਾਬ ਨੂੰ ਭੱਜ ਆਉਂਦੇ ਆ ਹੈ ਨਾ। ਇੱਕ ਦੁਨੀਆ ਦਾ ਇਹੋ ਜਿਹਾ ਦੇਸ਼ ਕਹਿ ਸਕਦੇ ਹਾਂ ਭਾਰਤ ਜਿੱਥੇ ਕਿਸੇ ਨੂੰ ਕੋਈ ਟਿਕਾਣਾ ਨਹੀਂ ਲੱਭਦਾ ਉਹਨੂੰ ਭਾਰਤ 'ਚ ਲੱਭਦਾ ਅਤੇ ਜਿਹਨੂੰ ਭਾਰਤ ਦੇ ਹੋਰ ਕੋਨੇ ਨਾਲ ਸਾਂਭਣ ਉਹ ਇੱਕੋ ਰਹਿ ਗਿਆ ਫਿਰ ਭਾਰਤ ਦਾ ਦਿਲ ਪੰਜਾਬ, ਉਹ ਫਿਰ ਪੰਜਾਬ ਵੱਲ ਨੂੰ ਆਉਂਦੇ ਆ ਅਤੇ ਪੰਜਾਬ ਨੇ ਤਾਂ ਸਾਂਭਣਾ। ਅੱਜ ਸਾਨੂੰ ਪ੍ਰਸ਼ਾਸਨ ਨੇ 18 ਤਰੀਕ ਦਾ ਜਿਹੜਾ ਸਮਾਂ ਦਿੱਤਾ ਸੀਗਾ ਉਸ ਬਾਬਤ ਅਸੀਂ ਸਾਰੇ ਇੱਥੇ ਆਏ ਹਾਂ। ਸਾਨੂੰ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਜਿਹੜਾ ਇਹ ਸਹਿਜ ਅਰੋੜੇ ਵਾਲਾ ਜਿਹੜਾ ਮਸਲਾ ਹੈਗਾ ਇਸ 'ਤੇ ਆਪਾਂ ਤੁਰੰਤ ਕੋਈ ਨਾ ਕੋਈ ਜਿਹੜੀ ਤੁਹਾਨੂੰ ਇੱਕ ਸੈਟਿਸਫੈਕਸ਼ਨ ਜਿਹੜੀ ਕਾਰਵਾਈ ਕਰਕੇ ਦੇਵਾਂਗੇ ਤਾਂ ਕਿ ਤੁਹਾਨੂੰ ਵੀ ਜਿਹੜੀ ਇਸ ਚੀਜ਼ ਤੋਂ ਰਾਹਤ ਮਿਲੇ, ਤੁਸੀਂ ਹੋਰ ਵੀ ਜਿਹੜੇ ਧਾਰਮਿਕ ਕਾਰਜਾਂ 'ਚ ਲੱਗੇ ਹੋ ਉਹਨਾਂ ਨੂੰ ਕਰ ਸਕੋ ਅਤੇ ਇਹ ਇਹੋ ਜਿਹੀਆਂ ਜਿਹੜੀਆਂ ਐਕਟੀਵਿਟੀਆਂ ਹੈ ਇਹ ਸਮਾਜ ਲਈ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ, ਇਹ 'ਚ ਸਾਰਿਆਂ ਦੀ ਇੱਕ ਰਾਏ ਹੈਗੀ ਹੈ ਤਾਂ ਕੋਈ ਵੀ ਨਹੀਂ ਜਾਣਦਾ ਕਿ ਸਮਾਜ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਇਹ ਲੱਚਰਤਾ ਫੈਲਾਈ ਜਾਵੇ। ਇੱਕ ਖਾਸ ਤੌਰ 'ਤੇ ਸਿੱਖ ਆਇਡੈਂਟੀ ਇੱਦਾਂ ਦੀ ਆਇਡੈਂਟੀ ਹੈ ਜਿਸ ਤੋਂ ਲੋਕ ਜਿਹੜੇ ਆ ਕੋਈ ਨਾ ਕੋਈ ਸੇਧ ਲੈਂਦੇ ਆ, ਚੰਗੀਆਂ ਗੱਲਾਂ ਕਰਕੇ ਸਿੱਖ ਜਾਣੇ ਜਾਂਦੇ ਆ, ਨਾ ਕਿ ਲੱਚਰਤਾ ਜਾਂ ਕੋਈ ਨੰਗ ਬੁਣਾ ਸੋਸ਼ਲ ਮੀਡੀਆ ਦਾ ਫੈਲਾਵੇ ਜਿਸ ਦੇ ਨਾਲ ਕਿਸੇ ਨੂੰ ਇਤਰਾਜ਼ ਹੋਵੇ। ਅਤੇ ਸਾਡੇ ਇਤਰਾਜ਼ ਜਿਹੜੇ ਸੀਗੇ ਉਹ ਸਾਰੇ ਅੱਜ ਪ੍ਰਸ਼ਾਸਨ ਵੱਲੋਂ ਸੁਣੇ ਗਏ ਆ। ਉਹਨਾਂ ਸਾਰੀਆਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੇ ਸਾਨੂੰ ਐਸ਼ੋਰ ਕੀਤਾ
कि ये सिख आइडेंटिटी दे विच ये काम सहज अरोड़ा नहीं करेगा, कोई भी लचरता इदा की नहीं फैलाएगा, तो उस पर जो भी कानूनी कार्रवाई अगर वो नहीं मानता तो की जाएगी। अच्छा हाँ जी, अज उन्होंने बुलाया गया, मगर शायद वो इस वेले किसी कारण करके नहीं आए, तो प्रशासन ने इस गल बारे जानकारी सी, तो उन्होंने सानू कहा कि सानू एक दिन बाद जिहड़ा उन्होंने इस बारे जिहड़ी सारी जानकारी उन्होंने देने तो बाद जो कानून के मुताबिक जो फैसला वो मानते हैं तो कानूनी तौर के उत्ते फिर उन्होंने जी अगली कार्रवाई नहीं की जाऊगी। समय मंगया गया? कोई समय नहीं मंगया, उन्होंने सिर्फ यही कहा कि अज का दिन तुहाडे नाल मिल लिया तो कल असीं उन्होंने नाल गलबात करांगे, तो गलबात करके जो तुहाडे एतराज़ ने वो असीं उन्होंने दस देंगे, तो उन्होंने एक सहमति करके असीं अगे वो आश्वासन ਦਵਾਵਾਂਗੇ ਕਿ ਉਹ ਇਹ ਕੰਮ ਨਹੀਂ ਕਰੇਗਾ। ਦੋਵਾਂ ਦੇ ਆਣ ਦਾ ਜਾਂ ਉਹਨਾਂ ਦੇ ਆਣ ਦਾ ਤੁਹਾਨੂੰ ਆਪਣੇ ਉਹਨਾਂ ਦੱਸਿਆ ਕਿ ਕਿਉਂ ਇਹ ਆ ਗਿਆ, ਕੀ ਕਾਰਨ ਦੱਸਿਆ ਉਹਨਾਂ ਨੇ? ਅਸਲ 'ਚ ਕੀ ਹੈਗਾ, ਉਹਨਾਂ ਨੇ ਇਹ ਚੀਜ਼ ਨੂੰ ਉਹਨਾਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਅੱਜ ਇਕੱਠੇ ਬੈਠਣ ਦਾ ਜਿਹੜਾ ਰੋਲ ਉਹਨਾਂ ਨੂੰ ਨਹੀਂ ਅਦਾ ਕਰਨਾ, ਇਸ ਕਰਕੇ ਉਹਨਾਂ ਨੇ ਅਲੱਗ ਅਲੱਗ ਮੀਟਿੰਗ ਰੱਖ ਲਈ ਹੈ। ਸਾਨੂੰ ਅੱਜ ਦਾ ਟਾਈਮ ਦਿੱਤਾ ਸੀਗਾ, ਮਗਰ ਸਹਿਜ ਅਰੋੜਾ ਦੇ ਨਾਲ ਉਹਨਾਂ ਦੀ ਇੱਕ ਮੀਟਿੰਗ ਹੋ ਚੁੱਕੀ ਹੋਈ ਹੈ, ਅਤੇ ਉਹਨਾਂ ਨੇ ਜਿਹੜੀ ਸਾਡੀ ਗੱਲਬਾਤ ਸਾਰੀ ਰੱਖ ਦਿੱਤੀ ਸੀਗੀ, ਅੱਜ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਸਾਡੇ ਕੋਲੋਂ ਜਾਣਕਾਰੀ ਲੈਣੀ ਸੀ। ਸਹਿਜ ਅਰੋੜਾ ਨੇ ਪ੍ਰਸ਼ਾਸਨ ਅੱਗੇ ਕੀ ਮੰਗ ਰੱਖੀ ਹੈ? ਉਹਨੇ ਇਹੀ ਮੰਗ ਰੱਖੀ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਦਾ ਕੰਟੈਂਟ ਪਾਉਣਾ ਉਹ ਵੀ ਤੁਸੀਂ ਜਾਣਕਾਰੀ ਉਹਨਾਂ ਕੋਲੋਂ ਲੈ ਲਓ, ਅਤੇ ਅਸੀਂ ਦੱਸ ਦਿੱਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਲੱਚਰਤਾ ਨੂੰ ਛੱਡ ਕੇ ਆਪਣੇ ਕਾਰੋਬਾਰ ਨੂੰ ਲੈ ਕੇ ਜਾਂ ਹੋਰ ਕੁਛ ਇੱਦਾਂ ਦੀਆਂ ਜਿਹੜੀਆਂ ਚੰਗੀਆਂ ਵਿੱਚ ਸਮਾਜ ਨੂੰ ਸੇਧਾਂ ਨੇ ਉਸ ਬਾਬਤ ਗੱਲਬਾਤ ਰੱਖ ਸਕਦੇ ਹਾਂ। ਆਪਸੀ ਬੈਠ ਕੇ ਗੱਲ ਕਰਨ ਦੀ ਗੱਲ ਕਰ ਰਹੇ ਸੀ, ਅੱਜ ਆਏ ਨਹੀਂ ਆਪਣੇ, ਕੀ ਉਹਨਾਂ ਨੇ ਹਵਾਲਾ ਦਿੱਤਾ, ਕੀ ਗੱਲ ਕਹੀ ਹੈਗੀ? ਬਾਹਰ ਹੈਗੇ ਕਹਿੰਦੇ ਅਸੀਂ ਉਹਨਾਂ ਨੂੰ ਦੁਬਾਰਾ ਆਪਣੇ ਕੋਲ ਬੁਲਾ ਕੇ ਔਰ ਬਹੁਤ ਵੱਡਾ ਇਸ਼ੂ ਨਹੀਂ ਹੈਗਾ। ਕਦੋਂ ਦਾ ਸਮੇਂ ਦਿੱਤਾ ਜਾ ਰਿਹਾ ਦੁਬਾਰਾ, ਕਦੋਂ ਬੁਲਾਉਣ ਦੀ ਗੱਲ ਕੀਤੀ?